Good morning, students. Today we are going to read the lesson 2 of class 5, chapter name 2 frogs. First of all, we read the lesson. After that, we will do exercise related to this chapter. Before starting the chapter, I would like to inform you about the purpose of this topic. This lesson 2 main characters, Biro and Paula. They are talking about how the world has advancement and how the advancement has destroyed the environment. Or how man is responsible for everything. ਇਸ ਚੈਪਟਰ ਵਿੱਚ ਦੋ ਮੇਨ ਕੈਰੈਕਟਰ ਆ ਇੱਕ ਬੀਰੋ ਤੇ ਦੂਜਾ ਪਾਲਾ ਉਹ ਦੋਵੇਂ ਆਪਸ ਵਿੱਚ ਗੱਲਾਂ ਕਰਦੇ ਆ ਕਿ ਕਿਵੇਂ ਦੁਨੀਆ ਦੀ ਐਡਵਾਂਸਮੈਂਟ ਹੋਈ ਦੁਨੀਆ ਵਿਕਾਸ ਵੱਲ ਵਧੀ ਤੇ ਉਸ ਵਿਕਾਸ ਨੇ ਕੁਦਰਤ ਦਾ ਕਿਵੇਂ ਨਾਸ਼ ਮਾਰਿਆ ਜਾਂ ਮਨੁੱਖ ਸਾਰੀਆਂ ਚੀਜ਼ਾਂ ਲਈ ਕਿੱਦਾਂ ਜ਼ਿੰਮੇਵਾਰ ਹੈ ਨਾਓ ਸਟਾਰਟ ਦਾ ਲੈਸਨ ਫਰੋਗ ਪਾਲਾ ਐਂਡ ਹਿਸ ਵਾਈਫ ਬੀਰੋ ਲਿਵਡ ਨੀਅਰ ਦਾ ਪੌਂਡ ਇਨ ਅ ਵਿਲੇਜ ਡੱਡੂ ਪਾਲਾ ਤੇ ਉਸਦੀ ਪਤਨੀ ਬੀਰੋ ਤਲਾਬ ਦੇ ਨੇੜੇ ਇੱਕ ਪਿੰਡ ਵਿੱਚ ਰਹਿੰਦੇ ਸਨ ਅ ਫਿਊ ਇਅਰਸ ਬੈਕ ਕੁਝ ਸਮਾਂ ਪਹਿਲਾਂ ਦੇਅਰ ਵਰ ਮੈਨੀ ਟ੍ਰੀਜ਼ ਅਰਾਊਂਡ ਦਾ ਪੌਂਡ ਉਸ ਤਲਾਬ ਦੇ ਦੁਆਲੇ ਬਹੁਤ ਸਾਰੇ ਦਰਖਤ ਸਨ ਇਟ ਵਾਜ਼ ਅ ਕੂਲ ਐਂਡ ਕਾਮ ਪਲੇਸ ਟੂ ਲਿਵ ਇਨ ਇੱਕ ਠੰਡੀ ਤੇ ਸ਼ਾਂਤ ਜਗ੍ਹਾ ਸੀ ਬਟ ਨਾਓ ਪਰ ਹੁਣ ਦੇਅਰ ਵਰ ਮੈਨੀ ਟਾਲ ਬਿਲਡਿੰਗਸ ਵਿਦ ਗ੍ਰੇਟ ਹਸਲ ਐਂਡ ਬਸਲ ਅਰਾਊਂਡ ਦਾ ਪੌਂਡ ਉਸ ਤਲਾਬ ਦੇ ਦੁਆਲੇ ਬਹੁਤ ਹੀ ਭੀੜ ਭੜੱਕੇ ਵਾਲੀਆਂ ਉੱਚੀਆਂ ਇਮਾਰਤਾਂ ਬਣ ਚੁੱਕੀਆਂ ਸਨ ਇਟ ਵਾਜ ਨੋ ਲੋਂਗਰ ਕੂਲ ਐਂਡ ਕਾਮ ਹੁਣ ਇਹ ਹੁਣ ਪਹਿਲਾਂ ਜਿੰਨੀ ਠੰਡੀ ਅਤੇ ਸ਼ਾਂਤ ਜਗ੍ਹਾ ਨਹੀਂ ਸੀ ਪਾਲਾ ਵਾਜ ਹੈਪੀ ਵਿਦ ਦ ਫਾਸਟ ਮੂਵਿੰਗ ਲਾਈਫ ਅਰਾਊਂਡ ਦ ਪੌਂਡ ਪਾਲਾ ਇਸ ਤੇਜ਼ ਭੱਜ ਦੌੜ ਵਾਲੀ ਜ਼ਿੰਦਗੀ ਤੋਂ ਖੁਸ਼ ਸੀ ਬਟ ਬੀਰੋ ਵਾਜ ਇਰੀਟੇਟਡ ਵਿਦ ਦ ਲਿਟਰ ਨੀਅਰ ਦ ਪੌਂਡ ਪਰ ਬੀਰੋ ਤਲਾਬ ਦੇ ਨੇੜੇ ਗੰਦਗੀ ਤੋਂ ਖਿੱਚਦੀ ਸੀ ਇਰੀਟੇਟਡ ਮਤਲਬ ਖਿੱਚਣਾ ਲਿਟਰ ਮੀਨਿੰਗ ਗੰਦਗੀ ਪਾਲਾ ਸੈਡ ਪਾਲੇ ਨੇ ਕਿਹਾ ਡੀਅਰ ਲੁੱਕ ਐਟ ਦ ਬਿਲਡਿੰਗਸ ਪਿਆਰੇ ਇਮਾਰਤਾਂ ਵੱਲ ਦੇਖੋ ਹਾਊ ਟਾਲ ਦੇ ਆਰ ਇਹ ਕਿੰਨੀਆਂ ਉੱਚੀਆਂ ਹਨ ਆਵਰ ਵਿਲੇਜ ਇਜ਼ ਨਾਓ ਔਨ ਦ ਵੇ ਟੂ ਐਡਵਾਂਸਮੈਂਟ ਸਾਡਾ ਪਿੰਡ ਹੁਣ ਵਿਕਾਸ ਵੱਲ ਵੱਧ ਰਿਹਾ ਹੈ ਬੀਰੋ ਗ੍ਰੰਬਲਡ ਬੀਰੋ ਬੁੜਬੜਾਈ ਗ੍ਰੰਬਲਡ ਮੀਨਸ ਬੁੜਬੜਾਉਣਾ ਐਡਵਾਂਸਮੈਂਟ ਵਿਕਾਸ ਵੱਲ ਡੋਂਟ ਯੂ ਰਿਲਾਈਜ਼ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਦੈਟ ਆਵਰ ਹੈਲਥ ਇਜ਼ ਐਟ ਸਟੇਕ ਸਾਡੀ ਸਿਹਤ ਨੂੰ ਖਤਰਾ ਹੈ ਐਟ ਸਟੇਕ ਮਤਲਬ ਡੇਂਜਰ ਖਤਰਾ ਵਾਟ ਆਰ ਯੂ ਸੇਇੰਗ ਤੂੰ ਕੀ ਕਹਿਣਾ ਚਾਹੁੰਦੀ ਹੈ ਆਸਕਟ ਪਾਲਾ ਪਾਲੀ ਨੇ ਕਿਹਾ ਯੂ ਨੀਡ ਟੂ ਲੁੱਕ ਅਰਾਊਂਡ ਯੂ ਤੁਸੀਂ ਆਪਣੇ ਆਲੇ ਦੁਆਲੇ ਦੇਖੋ ਸੈਡ ਬੀਰੋ ਬੀਰੋ ਨੇ ਕਿਹਾ ਪੀਪਲ ਹੈਵ ਬਿਊਟੀਫੁਲ ਹੋਮਸ ਵਿਦ ਆਲ ਕਾਈਂਡਸ ਆਫ ਫੈਸਿਲਿਟੀਜ਼ ਬਟ ਦੇ ਆਰ ਨੋਟ ਯੂਜ਼ਿੰਗ ਦੈਮ ਪ੍ਰੋਪਰਲੀ ਲੋਕਾਂ ਕੋਲ ਬਹੁਤ ਸਾਰੀਆਂ ਸਹੂਲਤਾਂ ਤੇ ਸੁੰਦਰ ਘਰ ਹਨ ਪਰ ਉਹਨਾਂ ਨੂੰ ਉਹ ਸਹੀ ਇਸਤੇਮਾਲ ਨਹੀਂ ਕਰਦੇ ਵਾਟ ਡੂ ਯੂ ਵਾਂਟ ਟੂ ਸੇ ਤੂੰ ਕੀ ਕਹਿਣਾ ਚਾਹੁੰਦੀ ਹੈ ਆਸਕਟ ਪਾਲਾ ਪਾਲੇ ਨੇ ਪੁੱਛਿਆ ਬੀਰੋ ਰਿਸਪੋਂਡਡ ਬੀਰੋ ਨੇ ਜਵਾਬ ਦਿੱਤਾ ਦੇ ਆਰ ਨੋਟ ਯੂਜ਼ਿੰਗ ਦੇਅਰ ਟੋਇਲਟਸ ਉਹ ਆਪਣੇ ਸ਼ੌਚਾਲਿਆਂ ਦਾ ਸਹੀ ਇਸਤੇਮਾਲ ਨਹੀਂ ਕਰਦੇ ਵਾਟ ਕੀ ਐਕਸਕਲੇਮਡ ਪਾਲਾ ਪਾਲੇ ਨੇ ਹੈਰਾਨੀ ਜਤਾਈ ਬੀਰੋ ਕੰਟੀਨਿਊਡ ਬੀਰੋ ਨੇ ਬੋਲਣਾ ਜਾਰੀ ਰੱਖਿਆ ਦੇ ਡੈਫੀਕੇਟ ਇਨ ਦ ਓਪਨ ਨੀਅਰ ਮਾਈ ਹੋਮ ਉਹ ਮੇਰੇ ਘਰ ਦੇ ਨੇੜੇ ਖੁੱਲ੍ਹੇ ਵਿੱਚ ਸ਼ੌਚ ਕਰਦੇ ਹਨ ਦਿਸ ਪਲੇਸ ਸਟਿੰਕਸ ਮੇਰੇ ਘਰ ਦੇ ਕੋਲ ਕਿੰਨੀ ਬਦਬੂ ਆਉਂਦੀ ਹੈ ਆਈ ਐਮ ਫੈਡ ਅਪ ਦਿਸ ਪੀਸ ਐਂਡ ਆਰਡਰ ਮੈਂ ਇਸ ਅਨਸੁਖਾਵੀ ਗੰਦਗੀ ਤੋਂ ਅੱਕੀ ਪਈ ਹਾਂ ਆਰਡਰ ਹੁੰਦਾ ਗੰਦਗੀ ਅਨਪਲੀਸਡ ਅਨਸੁਖਾਵੀ ਦੇ ਆਰ ਨੋਟ ਈਵਨ ਅਪਰੇਟ ਆਫ ਦ ਡੇਂਜਰ ਦੇ ਆਰ ਗੋਇੰਗ ਟੂ ਫੇਸ ਉਹ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਜਾ ਰਹੇ ਉਹਨਾਂ ਨੂੰ ਇਸ ਤੋਂ ਡਰ ਨਹੀਂ ਲੱਗਦਾ ਪਾਲਾ ਸੈਡ ਵਟ ਕਾਇੰਡ ਆਫ ਡੇਂਜਰ ਬੀਰੋ ਪਾਲੇ ਨੇ ਕਿਹਾ ਬੀਰੋ ਕਿਹੜਾ ਖਤਰਾ ਕੀ ਖਤਰਾ ਬੀਰੋ ਸੈਡ ਡਿਸੀਜ਼ ਬੀਰੋ ਨੇ ਕਿਹਾ ਬਿਮਾਰੀਆਂ ਹਾਊ ਕੈਨ ਵੀ ਫੋਰਗੇਟ ਅਸੀਂ ਕਿਵੇਂ ਭੁੱਲ ਸਕਦੇ ਹਾਂ ਦ ਟੂ ਚਿਲਡਰਨ ਆਫ ਪਾਵਰ ਵਿਲੇਜ ਹੂ ਡਾਈਡ ਆਫ ਡਿਰੋਹੀਆ ਐਂਡ ਇਨਫੈਕਸ਼ਨ ਸਾਡੇ ਪਿੰਡ ਦੇ ਦੋ ਬੱਚੇ ਦਸਤ ਅਤੇ ਲਾਗ ਦੀ ਬਿਮਾਰੀ ਨਾਲ ਮਰ ਚੁੱਕੇ ਹਨ ਐਟ ਲੀਸਟ ਆਈ ਕਾਂਟ ਪਰ ਮੈਂ ਤਾਂ ਇਹ ਕਦੇ ਨਹੀਂ ਭੁੱਲ ਸਕਦੀ ਆਈ ਐਮ ਸਰਪ੍ਰਾਈਜ਼ਡ ਮੈਂ ਹੈਰਾਨ ਹਾਂ ਹਾਊ ਕੈਨ ਮੈਨ ਬੀ ਸੋ ਇਗਨੋਰਡ ਅਬਾਊਟ ਗੁੱਡ ਹਾਈਜੀਨਿਕ ਪ੍ਰੈਕਟਿਸ ਕਿ ਉਹ ਆਪਣੇ ਵਾਲੇ ਆਪਣੀ ਸਾਫ਼ ਸਫਾਈ ਪ੍ਰਤੀ ਇੰਨਾ ਇਗਨੋਰ ਹੋ ਸਕਦਾ ਹੈ ਸੀ ਕੰਟੀਨਿਊਡ ਉਸਨੇ ਬੋਲਣਾ ਜਾਰੀ ਰੱਖਿਆ ਆਈ ਹੈਵ ਡਿਸਾਈਡ ਮੈਂ ਫੈਸਲਾ ਕਰ ਲਿਆ ਹੈ ਆਈ ਵਿਲ ਨੋਟ ਟੋਲਰੇਟ ਇਟ ਐਨੀ ਮੋਰ ਮੈਂ ਇਸਨੂੰ ਹੋਰ ਬਰਦਾਸ਼ਤ ਨਹੀਂ ਕਰਾਂਗੀ ਵਾਟ ਵਿਲ ਯੂ ਡੂ ਆਸਕਟ ਪਾਲਾ ਤੂੰ ਕੀ ਕਰੇਂਗੀ ਪਾਲੇ ਨੇ ਪੁੱਛਿਆ ਬੀਰੋ ਨਾ ਉਸ ਬੀਰੋ ਨੇ ਜਵਾਬ ਦਿੱਤਾ ਆਈ ਵਿਲ ਸਪਰੈਡ ਅਵੇਅਰਨੈਸ ਅਮੰਗ ਦ ਪੀਪਲ ਅਬਾਊਟ ਦ ਯੂਜ਼ ਆਫ ਟੋਇਲਟ ਮੈਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਾਂਗੀ ਕਿ ਉਸ ਸ਼ੌਚਾਲਿਆ ਦਾ ਕਿਵੇਂ ਇਸਤੇਮਾਲ ਕਰਨ ਐਂਡ ਦ ਐਡਵਾਂਸਿਸ ਆਫ ਕੀਪਿੰਗ ਦੇਅਰ ਹੋਮਸ ਐਂਡ ਸਰਾਊਂਡਿੰਗ ਕਲੀਨ ਐਂਡ ਹੈਲਥੀ ਉਹ ਆਪਣੇ ਆਲੇ ਦੁਆਲੇ ਨੂੰ ਤੇ ਘਰਾਂ ਨੂੰ ਕਿਵੇਂ ਸਾਫ਼ ਸੁਥਰਾ ਰੱਖ ਸਕਦੇ ਹਨ ਤੇ ਕਿਵੇਂ ਇਸ ਦੇ ਕੀ ਫਾਇਦੇ ਹਨ ਵਿਲ ਯੂ ਹੈਲਪ ਮੀ ਕੀ ਤੂੰ ਮੇਰੀ ਸਹਾਇਤਾ ਕਰੇਂਗਾ ਆਫ ਕੋਰਸ ਜ਼ਰੂਰ ਆਈ ਗੁੱਡ ਡੀਡ ਨੀਡਸ ਨੋ ਸੈਕਿੰਡ ਥਾਟ ਨੋ ਪਰਮਿਸ਼ਨ
ਇਸ ਚੰਗੇ ਵਿਚਾਰ ਲਈ ਕੋਈ ਦੂਜੀ ਵਾਰ ਪਰਮਿਸ਼ਨ ਲੈਣ ਦੀ ਜ਼ਰੂਰਤ ਨਹੀਂ ਦਿਮਾਗ ਪਾਲਾ ਪਾਲਾ ਬੋਲਿਆ ਬੋਥ ਆਫ ਦੇਮ ਵੇਅਰ ਵੈਰੀ ਹੈਪੀ ਐਜ ਦੇ ਹੈਡ ਫਾਊਂਡ ਦਾ ਸੋਲੂਸ਼ਨ ਟੂ ਆਰ ਡੀਟਲੀ ਪ੍ਰੋਬਲਮ ਦੋਵੇਂ ਬਹੁਤ ਖੁਸ਼ ਸਨ ਕਿਉਂਕਿ ਉਹਨਾਂ ਨੇ ਆਉਣ ਵਾਲੀ ਖਤਰੇ ਵਾਲੀ ਸਮੱਸਿਆ ਦਾ ਹੱਲ ਲੱਭ ਲਿਆ ਸੀ ਦੈਟਸ ਆਨਸਰ ਫਸਟ ਕੁਐਸਚਨ ਹੂ ਲਿਵਡ ਨੀਅਰ ਦਾ ਫਾਊਂਡ ਉਹ ਤਲਾਬ ਦੇ ਨੇੜੇ ਕੌਣ ਰਹਿੰਦਾ ਸੀ ਰੌਗ ਪਾਲਾ ਐਂਡ ਹਿਜ਼ ਵਾਈਫ ਬੀਰੋ ਲਿਵਡ ਨੀਅਰ ਦਾ ਫਾਊਂਡ ਡੱਡੂ ਪਾਲਾ ਤੇ ਉਸਦੀ ਪਤਨੀ ਤਲਾਬ ਦੇ ਨੇੜੇ ਰਹਿੰਦੇ ਸਨ ਵੇਅਰ ਵਰ ਦਾ ਟਾਲ ਬਿਲਡਿੰਗਸ ਉੱਚੀਆਂ ਇਮਾਰਤਾਂ ਕਿੱਥੇ ਸਨ ਦਾ ਟਾਲ ਬਿਲਡਿੰਗਸ ਵਰ ਅਰਾਊਂਡ ਦਾ ਫਾਊਂਡ ਜਿਹੜੀ ਉੱਚੀਆਂ ਇਮਾਰਤਾਂ ਤਲਾਬ ਦੇ ਆਲੇ ਦੁਆਲੇ ਸਨ ਹੂ ਲਾਈਕ ਦਾ ਟਾਲ ਬਿਲਡਿੰਗਸ ਉੱਚੀਆਂ ਇਮਾਰਤਾਂ ਨੂੰ ਕੌਣ ਪਸੰਦ ਕਰਦਾ ਸੀ ਪਾਲਾ ਲਾਈਕ ਦਾ ਟਾਲ ਬਿਲਡਿੰਗਸ ਪਾਲਾ ਜਿਹੜਾ ਉੱਚੀਆਂ ਇਮਾਰਤਾਂ ਨੂੰ ਪਸੰਦ ਕਰਦਾ ਸੀ ਵਟ ਵਾਜ ਬੀਰੋ ਫੈਡ ਅਪ ਆਫ ਬੀਰੋ ਕਿਸ ਚੀਜ਼ ਤੋਂ ਅੱਕੀ ਸੀ ਦਾ ਬੀਰੋ ਵਾਜ ਫੈਡ ਅਪ ਅਨਪਲੇਸਡ ਆਰਡਰ ਬੀਰੋ ਜਿਹੜੀ ਅਨਸਖਾਵੀ ਗੰਦਗੀ ਤੋਂ ਅੱਕੀ ਸੀ ਵਟ ਡਿਡ ਬੀਰੋ ਡਿਸਾਈਡ ਐਟ ਦਾ ਐਂਡ ਅੰਤ ਵਿੱਚ ਬੀਰੋ ਨੇ ਕੀ ਫੈਸਲਾ ਕੀਤਾ ਬੀਰੋ ਡਿਸਾਈਡਡ ਟੂ ਅਵੇਅਰ ਦਾ ਪੀਪਲ ਅਬਾਊਟ ਦਾ ਯੂਜ਼ ਆਫ ਟੋਇਲਟ ਐਂਡ ਦਾ ਐਡਵਾਂਸਿਸ ਆਫ ਕੀਪਿੰਗ ਦੇਅਰ ਹੋਮਸ ਐਂਡ ਸਰਾਊਂਡਿੰਗ ਕਲੀਨ ਐਂਡ ਹੈਲਥੀ ਬੀਰੋ ਨੇ ਫੈਸਲਾ ਕੀਤਾ ਕਿ ਉਹ ਲੋਕਾਂ ਨੂੰ ਜਾਗਰੂਕ ਕਰੇਗੀ ਕਿ ਉਹ ਸ਼ੌਚਾਲਿਆਂ ਦਾ ਕਿਵੇਂ ਸਹੀ ਇਸਤੇਮਾਲ ਕਰਨ ਅਤੇ ਇਸ ਦੇ ਸਾਫ਼ ਆਪਣੇ ਘਰਾਂ ਨੂੰ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਕੀ ਫਾਇਦੇ ਹਨ ਨੈਕਸਟ ਰਾਈਟ ਟਰੂ ਔਰ ਫਾਲਸ ਫਸਟ ਬੀਰੋ ਵਾਜ਼ ਹੈਪੀ ਟੂ ਸੀ ਦਾ ਟਾਲ ਬਿਲਡਿੰਗਸ ਬੀਰੋ ਵਾਜ਼ ਹੈਪੀ ਟੂ ਸੀ ਦਾ ਟਾਲ ਬਿਲਡਿੰਗ ਇਹ ਫਾਲਸ ਆ ਬੀਰੋ ਖੁਸ਼ ਨਹੀਂ ਸੀਗੀ ਉੱਚੀਆਂ ਬਿਲਡਿੰਗਾਂ ਨੂੰ ਦੇਖ ਕੇ ਪਾਲਾ ਖੁਸ਼ ਸੀ ਸੈਂਕਿਡ ਦਾ ਪੂਲ ਵਾਜ਼ ਸਟਿਲ ਦਾ ਕੂਲ ਐਂਡ ਕਾਮ ਪਲੇਸ ਟੂ ਲਿਵ ਇਨ ਜਿਹੜਾ ਤਲਾਬ ਆ ਉਹ ਹੁਣ ਵੀ ਹਜੇ ਵੀ ਠੰਡਾ ਅਤੇ ਸ਼ਾਂਤ ਸੀ ਇਹ ਫਾਲਸ ਆ ਕਿਉਂਕਿ ਹੁਣ ਉਹ ਪਹਿਲਾਂ ਜਿੰਨਾ ਠੰਡਾ ਅਤੇ ਸ਼ਾਂਤ ਨਹੀਂ ਸੀ ਮੈਨ ਹੈਜ਼ ਸਪਾਇਲਡ ਬੀਰੋਜ਼ ਹਾਊਸ ਜਿਹੜੇ ਆਦਮੀ ਆ ਉਹ ਬੀਰੋ ਦੇ ਘਰ ਨੂੰ ਖਰਾਬ ਕਰ ਰਹੇ ਸੀ ਇਹ ਟਰੂ ਆ ਫਾਲਾ ਐਂਡ ਬੀਰੋ ਲਿਵਡ ਇਨ ਆ ਸਿਟੀ ਪਾਲਾ ਅਤੇ ਬੀਰੋ ਸ਼ਹਿਰ ਵਿੱਚ ਰਹਿੰਦੇ ਸੀ ਇਹ ਫਾਲਸ ਆ ਪਾਲਾ ਐਂਡ ਬੀਰੋ ਲਿਵਡ ਇਨ ਆ ਵਿਲੇਜ ਵਿਲੇਜ 'ਚ ਰਹਿੰਦੇ ਸੀ ਉਹ ਪਾਲਾ ਐਂਡ ਬੀਰੋ ਲੈਫਟ ਦਾ ਪੌਂਗ ਪਾਲਾ ਅਤੇ ਬੀਰੋ ਨੇ ਜਿਹੜਾ ਤਲਾਬ ਉਹ ਛੱਡ ਦਿੱਤਾ ਸੀ ਇਹ ਵੀ ਫਾਲਸ ਆ ਉਹਨਾਂ ਨੇ ਤਲਾਬ ਛੱਡਿਆ ਨਹੀਂ ਸੀ ਉਹਨਾਂ ਨੇ ਡਿਸਾਈਡ ਕੀਤਾ ਸੀ ਨੈਕਸਟ ਮੇਕ ਸੈਂਟੈਂਸ ਯੂਜ਼ਿੰਗ ਦਾ ਫਾਲੋਇੰਗ ਵਰਡਸ ਨੀਚੇ ਦੋ ਸ਼ਬਦ ਦਿੱਤੇ ਗਏ ਉਹਨਾਂ ਦੇ ਆਪਾਂ ਸੈਂਟੈਂਸ ਬਣਾਉਣੇ ਆ ਫਾਸਟ ਵਰਡ ਪੌਂਡ ਫਰੋਗ ਪਾਲਾ ਐਂਡ ਹਿਜ਼ ਵਾਈਫ ਲਿਵਡ ਨੀਅਰ ਆ ਪੌਂਡ ਨੈਕਸਟ ਕਾਮ ਇਟ ਵਾਜ਼ ਨੋ ਲੋਂਗਰ ਕੂਲ ਐਂਡ ਕਾਮ ਥਰਡ ਬਿਲਡਿੰਗ ਬਟ ਨਾਓ ਦੇਅਰ ਵਾਜ਼ ਮੈਨੀ ਟਾਲ ਬਿਲਡਿੰਗਸ ਫੋਰਥ ਲਿਟਰ ਬੀਰੋ ਵਾਜ਼ ਇਰੀਟੇਟਡ ਵਿਦ ਦਾ ਲਿਟਰ ਨੀਅਰ ਦਾ ਪੌਂਡ ਫਿਫਥ ਹੈਲਥੀ ਆਈ ਐਮ ਫਿਟ ਐਂਡ ਹੈਲਥੀ ਨੈਕਸਟ ਹੂ ਸੈਟ ਦੀਜ ਵਰਡ ਇਹ ਸ਼ਬਦ ਆ ਜਿਹੜੇ ਨੀਚੇ ਕਿਸੇ ਨੇ ਕਹੇ ਵਟ ਕਾਇੰਡ ਆਫ ਡੇਂਜਰ ਵਟ ਕਾਇੰਡ ਆਫ ਡੇਂਜਰ ਕੀ ਖਤਰਾ ਹੈ ਦੀਜ ਵਰਡ ਸੈਡ ਪਾਲਾ ਇਹ ਜਿਹੜੇ ਸ਼ਬਦ ਆ ਇਹ ਪਾਲੇ ਨੇ ਕਹੇ ਆਈ ਵਿਲ ਨੋਟ ਟੋਲਰੇਟ ਇਟ ਐਨੀ ਮੋਰ ਮੈਂ ਇਸਨੂੰ ਹੋਰ ਬਰਦਾਸ਼ਤ ਨਹੀਂ ਕਰਾਂਗੀ ਬੀਰੋ ਸੈਟ ਦੀਜ ਵਰਡ ਇਹ ਸ਼ਬਦ ਬੀਰੋ ਨੇ ਕਹੇ ਓ ਕੈਨ ਮੈਨ ਬੀ ਸੋ ਇਗਨੋਰਡ ਦੀਜ ਵਰਡ ਸੈਡ ਬੀਰੋ ਡੀਅਰ ਲੁੱਕ ਐਟ ਦਾ ਬਿਲਡਿੰਗਸ ਦੀਜ ਵਰਡ ਸੈਡ ਪਾਲਾ ਮੈਚ ਦਾ ਫਾਲੋਇੰਗ ਵਰਡਸ ਅਕੋਰਡਿੰਗ ਟੂ ਦਾ ਲੈਸਨ ਫਸਟ ਕਾਮ ਕਾਮ ਮੈਚਿੰਗ ਪਲੇਸ ਟਾਲ ਮੈਚਿੰਗ ਬਿਲਡਿੰਗਸ ਬਿਊਟੀਫੁਲ ਮੈਚਿੰਗ ਹੋਮਸ ਅਨਪਲੇਸਡ ਮੈਚਿੰਗ ਆਰਡਰ ਥੈਂਕ ਯੂ ਐਂਡ ਹੈਵ ਅ ਨਾਈਸ ਡੇ ਸਟੇ ਹੋਮ ਸਟੇ ਸੇਫ